ਮੇਰੇ ਮਨ 'ਚ ਆਈ ਵੀ ਜ਼ਿੰਮੇਦਾਰੀ ਦੇ ਕਿਉਂ ਆਪਾਂ ਵੱਧ ਤੋਂ ਵੱਧ ਮਦਦ ਕਰੀਏ। ਸੋ ਮੈਂ ਹੋਰ ਸਾਰੇ ਵਿਅਕਤੀਆਂ ਨੂੰ ਬੇਨਤੀ ਕਰਾਂਗਾ, ਦਸ ਦਾ ਕੋਈ ਨਿੱਜੀ ਨਾ ਕੋਈ ਫਾਇਦਾ ਇਹਦੇ 'ਚ, ਨਾ ਕੋਈ ਨਿੱਜੀ ਮਹਦਾਦ ਆ ਮੇਰਾ, ਕਿਉਂਕਿ ਦਸ ਇਕੱਲਾ ਹੀ ਹੈ ਸੇਵਾ ਦੇ ਵਿੱਚ ਅਤੇ ਘਰ ਬਾਰ ਹੋਰ ਕੁਛ ਨਹੀਂ ਹੈਗਾ। ਸੋ ਤਕਰੀਬਨ 200 ਤੋਂ ਵੱਧ ਕਿੱਲੇ ਦਾ ਅਸੀਂ ਇਹਨਾਂ ਨੂੰ ਤੇਲ ਪਵਾ ਚੁੱਕੇ, ਥੋੜ੍ਹੇ ਘਰ ਰਹਿੰਦੇ ਉਹਨੂੰ ਅੱਜ ਪਵਾ ਦੇਣਾ। ਹੁਣ ਤੁਸੀਂ ਸਾਰੇ ਜਣੇ ਜਿੰਨੇ ਇੱਥੇ ਇਕੱਤਰ ਹੋਏ ਹੋ, ਆਪਣੇ ਆਪਣਾ ਖੇਤ ਸਵਾਰੋਗੇ ਜਾਂ ਕਿਸੇ ਦੀ? ਰਲ ਕੇ ਵੀ ਇਕੱਠੇ ਹੋ ਕੇ ਸਵਾਰੂੰਗਾ, ਜਿਹਦੇ ਕੋਲ ਨਹੀਂ ਟਰੈਕਟਰ ਹੈਗਾ ਉਹਦਾ ਵੀ ਸਵਾਰਾਂਗੇ। ਬਾਬਾ ਅਵਤਾਰ ਸਿੰਘ ਜੀ ਨਾਲ ਜਦੋਂ ਮੈਂ ਗੱਲ ਕਰ ਰਿਹਾ ਸੀ, ਉਹਨਾਂ ਨੇ ਦੱਸਿਆ ਕਿ ਪਿਛਲੀ ਵਾਰ ਵੀ ਨੁਕਸਾਨ ਹੋਇਆ ਸੀ, ਸਰਕਾਰਾਂ ਨੇ ਕੁਝ ਵੀ ਨਹੀਂ ਸਿੱਖਿਆ। ਉਮੀਦ ਕਰ ਸਕਦੇ ਆ ਅਸੀਂ ਤਾਂ, ਸ਼ਾਇਦ ਆਵੇ ਜਾਂ ਨਾ ਆਵੇ ਉਹਦਾ ਬਾਰੇ ਕੋਈ ਪੱਕਾ ਪਤਾ ਨਹੀਂ। ਅਜੇ ਵੀ ਉਮੀਦ ਕਰ ਸਕਦੇ ਹੋ, ਪਿੱਛੇ ਨਹੀਂ ਆਇਆ ਜਦੋਂ ਸਰਕਾਰ ਪੱਖੀ ਸਰਪੰਚ ਲੱਗਦੇ ਹੋ, ਜਿਹੜੇ ਉਮੀਦ ਅਜੇ ਵੀ ਕਰੀ ਬੈਠੇ ਹੋ? ਨਹੀਂ ਦੇਖੋ, ਉਮੀਦ ਤਾਂ ਦੁਨੀਆ ਕਹਿ ਮੈਂ ਉਹ ਤਾਂ ਸਰਕਾਰ ਨੇ ਉਹਨਾਂ ਨੇ ਆਪ ਦੇਖਣਾ ਜੇ ਸਾਡੇ ਨਾਲ ਚੱਲਾਂਗੇ, ਸਾਡੀ ਮਦਦ ਕਰੂੰਗੇ। ਇਸ ਵਕਤ ਸਾਡੀ ਜੇ ਉਹਨਾਂ ਨੇ ਮਦਦ ਨਾ ਕਰੀ ਤਾਂ ਅਸੀਂ ਗਾਹਾਂ ਨੂੰ ਸਾਡੇ ਹੱਥ ਖੜੇ, ਅਸੀਂ ਕਦੇ ਵੋਟ ਪਾਵਾਂਗੇ ਨਹੀਂ। ਜਦੋਂ ਹੁਣ ਬਿਜਲੀ ਵਾਲਿਆਂ ਨੇ ਕੋਈ ਵੀ ਕੰਮ ਕਹਿੰਦੇ ਆ, ਉਹ ਕਹਿੰਦੇ ਪਹਿਲਾਂ ਆਪਣੇ ਖੰਭੇ ਲੈ ਕੇ ਆਓ, ਆਪਣੀਆਂ ਤਾਰਾਂ ਲੈ ਕੇ ਆਓ। ਜ਼ਿਮੀਂਦਾਰ ਤਾਂ ਪਹਿਲਾਂ ਹੀ ਮਰ ਗਿਆ। ਹੁਣ ਪ੍ਰਸ਼ਾਸਨ ਵੱਲ ਤਾਂ 1 ਰੁਪਏ ਦੀ ਮਦਦ ਨਹੀਂ ਆਈ, ਇਹ ਬਾਬਾ ਜੀ ਨਾਲ ਉਪਰਾਲਾ ਕਰਿਆ, ਸਾਡੇ ਜ਼ਿਮੀਂਦਾਰ ਤਾਂ ਢੇਰੀ ਢਾ ਗਏ ਤੇ ਵੀ ਸਾਤੇ ਕਣਕ ਵੀ ਨਹੀਂ ਬੀਜ ਹੋਣੀ। ਜ਼ਿਮੀਂਦਾਰ ਆਪਸ ਮੈਂ ਇਕੱਠੇ ਹੋ ਕੇ ਇੱਕ ਦੂਜੇ ਦਾ ਖੇਤ ਸਵਾਰ ਰਹੇ। ਉਮੀਦ ਰੱਖੀ ਹੋਈ ਹੁਣ ਸਰਕਾਰਾਂ ਦੀ? ਸਾਨੂੰ ਕੋਈ ਉਮੀਦ ਨਹੀਂ ਹੈਗੀ, ਜਾਂ ਪਿੱਛਾ ਸਾਹਿਬ ਨੂੰ ਹੈਗੀ ਹੈ ਜੀ? ਨਹੀਂ, ਮੈਂ ਕਹਿੰਦਾ ਮੈਨੂੰ ਹੈ ਨਹੀਂ ਜੀ। ਸਾਹਿਬ 100 ਕਰੋੜ ਦਾ ਐਲਾਨ ਕਰਕੇ ਗਏ ਸੀ, ਉਹ 100 ਕਰੋੜ ਕਾਹਦੇ ਲਈ ਸੀ? ਉਹ ਇਹ ਤਾਂ ਜੀ ਉਹਨਾਂ ਨੂੰ ਪਤਾ ਹੋਣਾ, ਜਾਂ ਉਹਨਾਂ ਦੇ ਲੀਡਰਾਂ ਵਾਸਤੇ ਹੋਊਗਾ ਜਾਂ ਕਿਸੇ ਹੋਰ ਵਾਸਤੇ ਹੋਊਗਾ। ਸਾਡੇ ਜ਼ਿਮੀਂਦਾਰਾਂ ਵਾਸਤੇ ਰੁਪਈਆ ਵੀ ਨਹੀਂ ਹੈਗਾ, ਰੁਪਈਆ ਵੀ ਨਹੀਂ ਹੈਗਾ ਜੀ। ਦੱਸੋ ਸਹੀ, ਕਿਸੇ ਦੇ ਖਾਤੇ ਮੈਂ ਆਇਆ ਵਾ? ਆ 100 ਜ਼ਿਮੀਂਦਾਰ ਖੜਾ ਹੈ ਜੀ। ਮੇਰੇ ਪਿੱਛੇ ਖੜ੍ਹੇ ਇਹ ਟਰੈਕਟਰ ਅਤੇ ਇਹ ਤਸਵੀਰਾਂ ਨੇ ਰੂਪਨਗਰ ਦੇ ਪਿੰਡ ਆਸਪੁਰ ਕੋਟਾ ਦੀਆਂ। ਬੀਤੇ ਦਿਨੀ ਹੜ੍ਹਾਂ ਦੇ ਨਾਲ ਜੋ ਹਾਲਾਤ ਰੂਪਨਗਰ ਦੇ ਬਣੇ ਉਹ ਤੁਸੀਂ ਸਭ ਨੇ ਵੇਖੇ, ਅਸੀਂ ਉਹ ਵਿਖਾਏ, ਅਤੇ ਹੁਣ ਕੁਛ ਰਾਹਤ ਜਿਹੜੀ ਹੈਗੀ ਹੈ ਕੁਦਰਤ ਨੇ ਦਿੱਤੀ ਹੈ, ਅਤੇ ਹਾਲਾਤ ਜਿਹੜੇ ਹੈਗੇ ਆ ਉਹ ਕਾਫੀ ਜ਼ਿਆਦਾ ਕੰਟਰੋਲ ਦੇ ਵਿੱਚ ਹੋਏ। ਪਰ ਹੜ੍ਹਾਂ ਨੇ ਕਿਸਾਨਾਂ ਨੂੰ, ਲੋਕਾਂ ਨੂੰ ਦਰਦ ਦੇ ਦਿੱਤੇ। ਆਸਪੁਰ ਕੋਟਨ ਦੇ ਵਿੱਚ ਜੋ ਹਾਲਾਤ ਕਿਸਾਨਾਂ ਦੀ ਜ਼ਮੀਨ ਦੇ ਹੋਏ, ਸ਼ਾਇਦ ਉਹ ਕਿਤੇ ਨਾ ਹੋਏ ਹੋਣ। ਸਾਰੇ ਕਿਸਾਨ ਵੀਰ ਅਤੇ ਬਾਬਾ ਅਵਤਾਰ ਸਿੰਘ ਜੀ ਸਾਡੇ ਨਾਲ ਨੇ, ਗੱਲਬਾਤ ਕਰਦੇ ਹਾਂ। ਬਾਬਾ ਜੀ ਬਹੁਤ ਸਵਾਗਤ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੈਂ ਸਭ ਤੋਂ ਪਹਿਲਾਂ ਇਹੀ ਪੁੱਛਣਾ ਚਾਹੁੰਦਾ ਕਿ ਜੋ ਇੱਕ ਹੀ ਖੇਤ ਦੇ ਵਿੱਚ ਇੰਨੇ ਜ਼ਿਆਦਾ ਅਸੀਂ ਟਰੈਕਟਰ ਦੇਖ ਰਹੇ ਹਾਂ, ਇਹ ਕਾਰਨ ਕੀ ਹੈ? ਆਪ ਸਾਰਿਆਂ ਨੂੰ ਪਤਾ ਕਿ 17 ਅਗਸਤ ਨੂੰ ਜੋ ਪਰਮੇਸ਼ੁਰ ਵੱਲੋਂ ਕਰੋਪੀ ਹੋਈ ਹੈ ਜੀ, ਭਾਣਾ ਵਰਤਿਆ ਗਿਆ ਹੈ, ਉਸ ਦੇ ਅੱਗੇ ਕਿਸੇ ਦਾ ਜ਼ੋਰ ਨਹੀਂ ਸੀ। ਇਹ ਜੋ ਪਿੰਡ ਹੈ, ਭਾਵੇਂ ਇਹਨਾਂ ਦਾ ਘਰਾਂ ਦਾ ਨੁਕਸਾਨ ਨਹੀਂ ਹੋਇਆ, 4 ਘਰਾਂ ਨੂੰ ਛੱਡ ਕੇ,
ਬਾਕੀ ਜੋ ਇਹਨਾਂ ਦੀ ਤਕਰੀਬਨ ਜ਼ਮੀਨ ਸੀ 200 ਕਿੱਲੇ ਦੇ ਉੱਪਰ, ਥੋੜ੍ਹੇ 5-7 ਕਿੱਲੇ, ਉਹ ਤੁਹਾਡੇ ਸਾਰਿਆਂ ਦੇ ਸਾਹਮਣੇ ਹੈ। ਸੋ ਇਸੇ ਤਰ੍ਹਾਂ ਨਾਲ ਮਾਜਰੀ, ਕੋਟਵਾਲਾ, ਅਵਾਨਕੋਟ ਅਤੇ ਰਣਜੀਤਪੁਰਾ, ਫੰਦੀ ਜੀ, ਜਿਹਨਾਂ ਨੁਕਸਾਨ ਹੋਇਆ, ਘਰਾਂ ਦਾ ਵੀ ਹੋਇਆ, ਪਰ ਇਸ ਪਿੰਡ ਦੀ ਜੋ ਜ਼ਮੀਨ ਸੀ ਸਭ ਤੋਂ ਵੱਧ ਨੁਕਸਾਨ ਹੋਈ ਆ। ਜ਼ਿਮੀਂਦਾਰਾਂ ਦੇ ਪਾਸ ਪਿਛਲੀ ਫਸਲ ਵੀ ਉਹਨਾਂ ਦੀ ਮਰ ਗਈ, ਕਿਉਂਕਿ ਪਿਛਲੇ ਸਾਲ ਵੀ ਮਿੱਟੀ ਆ ਗਈ ਤੀ, ਉਦੋਂ ਕਿਸੇ ਨੇ ਹੜ੍ਹਾਂ ਦਾ ਨਾ ਹੋਣ ਕਰਕੇ ਬਹੁਤੀ ਕੋਈ ਗੌਰ ਨਹੀਂ ਕਰੀ। ਸੋ ਦਾਸ ਦੇ ਮਨ ਵਿੱਚ ਇੱਕ ਦਿਨ ਆਈ ਬੈਠੇ ਬੈਠੇ ਵੀ ਪਿੰਡ ਵਿੱਚ ਕੋਈ ਰਾਸ਼ਨ ਵੀ ਨਹੀਂ ਦਿੱਤਾ ਗਿਆ, ਕੋਈ ਹੋਰ ਸਹਾਇਤਾ ਵੀ ਨਹੀਂ ਦਿੱਤੀ ਗਈ, ਕਿਉਂਕਿ ਗੌਰਮੈਂਟ ਨੇ ਜੋ ਜ਼ਿਮੀਂਦਾਰਾਂ ਦੇ ਪੈਸੇ ਸਨ ਉਹ ਸਿੱਧੇ ਖਾਤੇ ਦੇ ਵਿੱਚ ਪਾ ਦੇਣੇ, ਆੜ੍ਹਤੀਆਂ ਨੇ ਵੀ ਕੋਈ ਪੈਸਾ ਨਹੀਂ ਦੇਣਾ। ਇਸ ਕਰਕੇ ਜ਼ਮੀਨ ਬੀਜ ਤਾਂ ਹੀ ਬੀਜਣਗੇ ਉਹ ਜੇ ਉਹਨਾਂ ਦੀ ਜ਼ਮੀਨ ਪੱਧਰੀ ਹੋਵੇਗੀ ਜੀ। ਸੋ ਮਾਸਪੁਰ ਦੇ ਕੁਝ ਪ੍ਰਵਾਂਤੇ ਸੱਜਣਾਂ ਨੂੰ ਬੁਲਾ ਕੇ ਉਹਨਾਂ ਨਾਲ ਸਲਾਹ ਕੀਤੀ। ਉਹਨਾਂ ਨੇ ਕਿਹਾ ਕਿ 25 ਲੀਟਰ ਤੇਲ ਇੱਕ ਕਿੱਲੇ ਦੇ ਹਿਸਾਬ ਤੁਸੀਂ ਸਾਨੂੰ ਦੇ ਦਿਉ, ਸਾਡੀ 25 ਕਿੱਲੇ ਨਾ ਇੱਕ 25 ਲੀਟਰ ਤੇਲ ਦੇ ਨਾਲ ਸਾਡਾ ਜੋ ਕਿੱਲਾ ਇੱਕ ਪੱਧਰਾ ਹੋ ਜਾਣਾ। ਸੋ ਤਕਰੀਬਨ 200 ਤੋਂ ਵੱਧ ਕਿੱਲੇ ਦਾ ਅਸੀਂ ਇਹਨਾਂ ਨੂੰ ਤੇਲ ਪਵਾ ਚੁੱਕੇ, ਥੋੜ੍ਹੇ ਘਰ ਰਹਿੰਦੇ ਉਹਨਾਂ ਨੂੰ ਅੱਜ ਪਵਾ ਦੇਣਾ ਜੀ। ਇਸੇ ਤਰ੍ਹਾਂ ਮਾਜਰੀ ਪਿੰਡ ਨੂੰ ਵੀ ਅਸੀਂ ਤੇਲ ਪਵਾ ਚੁੱਕੇ ਹਾਂ, ਤਕਰੀਬਨ ਮਾਜਰੀ ਦੇ ਘਰ ਸਨ ਅਤੇ 45 ਦੇ ਕਰੀਬ, ਆਸਪੁਰ ਦੇ 200 ਦੇ ਉੱਤੋਂ, ਅਬਾਨਕੋਟ ਦੇ 120 ਅਤੇ ਕੋਟਵਾਲਾ ਦੇ ਤਕਰੀਬਨ 40-45 ਦੇ ਲਗਭਗ, ਬਰਦਾਰ ਜੋ ਕਿ ਪਰਖਾਲੀ ਵੱਲ ਪੈਂਦਾ ਉਸ ਪਿੰਡ ਦੇ 70, ਉਹਨਾਂ ਨੂੰ ਵੀ ਤੇਲ ਜ਼ਮੀਨ ਪੱਧਰੀ ਕਰਾ ਕੇ ਬੀਜ ਦੇਣਾ। ਰਣਜੀਤਪੁਰ ਦੇ 37, ਫੰਦੀ ਦੇ 50 ਅਤੇ ਬਟਾਲੇ ਦੇ 6 ਜੀ। ਅਤੇ ਇਸ ਤਰ੍ਹਾਂ ਨਾਲ ਪਿੰਡਾਂ ਦੀ ਲਿਸਟ ਆ ਜੋ ਪਿੰਡਾਂ ਵਾਲਿਆਂ ਨੇ ਦਿੱਤੀ ਹੈ, ਉਹ ਅਸੀਂ ਇਹਨਾਂ ਦੀ ਮਦਦ ਕਰਾਂਗੇ। ਸੋ ਮੈਂ ਦੇਸ਼ ਵਿਦੇਸ਼ ਦੀਆਂ ਸੰਗਤਾਂ ਨੂੰ ਬੇਨਤੀ ਕਰਾਂਗਾ ਕਿ ਇਕੱਲਾ ਵਿਅਕਤੀ ਕੁਝ ਵੀ ਕੁਝ ਨਹੀਂ ਕਰ ਸਕਦਾ, ਕਿਉਂਕਿ ਪਹਿਲਾਂ ਵੀ ਤੁਸੀਂ ਬਹੁਤ ਸਾਥ ਦਿੱਤਾ, ਬੀਜ ਦਾ ਦਾਸ ਨੇ ਐਲਾਨ ਕੀਤਾ ਸੀ, ਉਹ ਤੁਸੀਂ ਬੜੀ ਸਹਾਇਤਾ ਕੀਤੀ, ਦਾਸ ਪਾਸ ਕੁਝ ਪੈਸੇ ਬਚ ਗਏ, ਅਤੇ ਮੇਰੇ ਮਨ 'ਚ ਆਈ ਵੀ ਜ਼ਿਮੀਂਦਾਰਾਂ ਦੇ ਕਿਉਂ ਆਪਾਂ ਵੱਧ ਤੋਂ ਵੱਧ ਮਦਦ ਕਰੀਏ। ਸੋ ਮੈਂ ਹੋਰ ਸਾਰੇ ਵਿਅਕਤੀਆਂ ਨੂੰ ਬੇਨਤੀ ਕਰਾਂਗਾ, ਦਾਸ ਦਾ ਕੋਈ ਨਿੱਜੀ ਨਾ ਕੋਈ ਫਾਇਦਾ ਇਹਦੇ 'ਚ, ਨਾ ਕੋਈ ਨਿੱਜੀ ਮਹਦਾਦ ਆ ਮੇਰਾ, ਕਿਉਂਕਿ ਦਾਸ ਇਕੱਲਾ ਹੀ ਹੈ ਸੇਵਾ ਦੇ ਵਿੱਚ ਅਤੇ ਘਰ ਬਾਰ ਹੋਰ ਕੁਛ ਨਹੀਂ ਹੈਗਾ। ਇਸ ਕਰਕੇ ਮੈਂ ਬੇਨਤੀ ਕਰਾਂਗਾ ਕਿ ਜੋ ਤੁਹਾਡਾ ਪੈਸਾ ਦੇਣਾ ਉਹ ਜ਼ਿਮੀਂਦਾਰਾਂ ਦਾ ਇੱਕ ਇੱਕ ਪਲ ਜ਼ਿਮੀਂਦਾਰ ਹਿੱਤ ਦੇ ਲੱਗਣਾ। ਹੁਣ ਆਪਾਂ ਤੇਲ ਦਾ ਪਰਾਲਾ ਕੀਤਾ, ਇਹਦੇ ਬਾਅਦ ਬੀਜ ਦਾ ਪਰਾਲਾ ਕਰਨਾ। ਜੇ ਤੁਸੀਂ ਹੋਰ ਸੰਗਤਾਂ ਨੇ ਮਦਦ ਕੀਤੀ ਤਾਂ ਆਪਾਂ ਇਹਨਾਂ ਨੂੰ ਖਾਦ ਦੀ ਵੀ ਜੋ ਹੈ ਮਦਦ ਦੇ ਦਾਂ, ਕਿਉਂਕਿ ਜ਼ਿਮੀਂਦਾਰਾਂ ਜੋ ਹਾਲਤ ਇਸ ਟਾਈਮ ਬੜੀ ਪਤਲੀ ਹੈ, ਇੱਕ ਫਸਲ ਮਰ ਗਈ, ਬਹੁਤਿਆਂ ਨੇ ਠੇਕੇ 'ਤੇ ਲਿੱਤੀ ਵੀ ਸੀ, ਠੇਕਾ ਵੀ ਦੇ ਦਿੱਤਾ ਉਹਨਾਂ ਨੇ, ਫਸਲ ਵੀ ਮਰ ਗਈ, ਖਰਚਾ ਵੀ ਹੋ ਗਿਆ ਅਤੇ ਬਣਨਾ ਵੀ, 3 ਨੁਕਸਾਨ ਹੋ ਗਏ। ਇੱਕ ਤਾਂ ਠੇਕਾ ਦੇ ਦਿੱਤਾ, ਇੱਕ ਜ਼ਮੀਨ 'ਤੇ ਖਰਚ ਕਰਕੇ ਰਹੇ ਅਤੇ ਕਹਿ ਭਾਈਆਂ ਦੀ ਦਿਹਾੜੀ, ਹੋਰ ਜੋ ਖਰਚ ਸਨ ਉਹ ਪੈ ਗਏ, ਤੀਜੀ ਫਸਲ ਮਰ ਗਈ, 3 ਨੁਕਸਾਨ ਹੋ ਗਏ, ਅਤੇ ਚੌਥਾ ਜੇ ਬੀਜਣ ਲਈ ਉਹਨਾਂ ਨੂੰ ਅਸੀਂ ਜ਼ਮੀਨ ਸਵਾਰਾਂਗੇ ਤਾਂ ਹੀ ਅੱਗੇ ਬੀਜ ਬੀਜਣਗੇ। ਇਸ ਕਰਕੇ ਮੇਰੀ ਬੇਨਤੀ ਹੈ, ਮੈਂ ਟੀਵੀ ਚੈਨਲ ਵਾਲਿਆਂ ਦਾ ਬਹੁਤ ਬਹੁਤ ਰਿਣੀ ਹਾਂ। ਪੰਜਾਬੀ ਲੋਕ ਟੀਵੀ ਜੋ ਹੈ, ਇਹਨਾਂ ਨੇ ਪਹਿਲਾਂ ਵੀ ਹੜ੍ਹਾਂ ਦੇ ਵਿੱਚ ਭਾਈ ਸਾਹਿਬ ਨੇ ਸਾਡੀ ਬਹੁਤ ਮਦਦ ਕੀਤੀ ਅਤੇ ਗਾਰਿਆਂ ਦੇ ਵਿੱਚ ਆ ਕੇ ਇਹਨਾਂ ਨੇ ਕਵਰੀ ਕਰਕੇ ਦੇਸਾਂ ਵਿਦੇਸਾਂ ਭੇਜੀ। ਅੱਜ ਵੀ ਇਹ ਬੇਨਤੀ ਦੇ ਰੱਖਦੇ ਆ ਪਿੰਡ ਦੇ ਵਾਲਿਆਂ ਦੀ ਅਤੇ ਇੱਥੇ ਪਹੁੰਚੇ ਆ। ਸੋ ਅਸੀਂ ਇਹਨਾਂ ਦਾ ਸਵਾਗਤ ਵੀ ਕਰਦੇ, ਇਹਨਾਂ ਦੇ ਰਿਣੀ ਵੀ ਆ, ਧੰਨਵਾਦੀ ਵੀ ਹਾਂ। ਸੋ ਮੈਂ ਇਹਨਾਂ ਨੂੰ ਬੇਨਤੀ ਕਰਾਂਗਾ ਕਿ ਆਪਣੇ ਵੀ ਵਸੀਲਿਆਂ ਦੇ ਰਾਹੀਂ ਇਹਨਾਂ ਪਿੰਡ ਦੀ ਜੋ ਹੈ ਮਦਦ ਕੀਤੀ ਜਾਵੇ ਤਾਂ ਕਿ ਇਹ ਵੀ ਆਪਣੇ ਪੈਰਾਂ 'ਤੇ ਉੱਠ ਕੇ ਆਪਣੇ ਬੱਚਿਆਂ ਦੀ ਚੰਗੀ ਵਿੱਦਿਆ ਦੇ ਸਕਣ, ਆਪਣਾ ਰਹਿਣ ਸਹਿਣ ਉੱਚਾ ਕਰ ਸਕਣ ਅਤੇ ਜੋ ਕਰਜ਼ੇ ਤੋਂ ਇਹਨਾਂ ਨੂੰ ਰਾਹਤ ਮਿਲ ਸਕੇ। ਸੋ ਸਾਡਾ ਪਲ ਪਲ ਇਹਨਾਂ ਦੇ ਨਾਲ ਹੈ। ਸੋ ਮੈਂ ਇਹੀ ਆਸ ਕਰਾਂਗਾ ਕਿ ਪਿੰਡ ਵਾਲੇ ਆਪਸ ਵਿੱਚ ਰਲ ਮਿਲ ਕੇ ਤਬਾਹਕ ਦੇ ਨਾਲ ਇੱਕ ਦੂਜੇ ਦੀ ਮਦਦ ਕਰਕੇ ਅਤੇ ਇਹਨੂੰ ਜ਼ਮੀਨ ਨੂੰ ਸਵਾਰਨ। ਜੇ ਤੇਲ ਘੱਟ ਹੋ ਗਿਆ ਅਸੀਂ ਹੋਰ ਵੀ ਤੇਲ ਦੇ ਦਾਂਗੇ ਇਹਨੂੰ। ਅਤੇ ਜਿਵੇਂ ਗੱਲ ਤੁਸੀਂ ਕੀਤੀ ਹੈ, ਚਲੋ ਤੇਲ ਤੁਸੀਂ ਹੋਰ ਦੇ ਦਿਓਗੇ, ਤੇਲ ਇਹ ਮਤਲਬ ਕਿ ਤੁਸੀਂ ਕੋਈ ਟੈਂਕਰ ਲੈ ਕੇ ਆਉਂਦੇ ਹੋ ਜੀ ਪਿੰਡ ਦੇ ਵਿੱਚ, ਜਾਂ ਫਿਰ ਕਿਸੇ ਪੈਟਰੋਲ ਪੰਪ? ਪੈਟਰੋਲ ਪੰਪ ਤੋਂ, ਖਾਸਪੁਰੇ ਤੋਂ ਪੈਟਰੋਲ, ਭਾਰਤ ਪੈਟਰੋਲ ਤੋਂ, ਅਤੇ ਉਹਨਾਂ ਤੋਂ ਅਸੀਂ ਸਾਰਾ ਤੇਲ ਪਵਾਇਆ। ਜੀ ਮਤਲਬ ਕਿ ਕੋਈ ਆਪਣਾ ਉੱਥੇ ਸੇਵਾਦਾਰ ਵੀ ਹੁੰਦਾ ਜੀ, ਜਾਂ ਫਿਰ ਜੇ ਕੋਈ ਨਜਾਇਜ਼ ਪਵਾ ਲਏ? ਮੈਂ ਆਪੇ ਪਵਾਇਆ ਜੀ, ਮੈਂ ਤਕਰੀਬਨ ਸਾਰੇ ਪਿੰਡਾਂ ਨੂੰ, ਮੈਂ ਪਰਿਵਾਰ ਛੋੜਾ ਸਾਹਿਬ ਰਿਹਾ 18 ਸਾਲ, ਨਿੱਜੀ ਤੌਰ 'ਤੇ ਮੈਂ ਸਾਰੇ
ਵਿਅਕਤੀਆਂ ਨੂੰ ਫੇਸ ਟੂ ਫੇਸ ਜਾਣਦਾ ਜੀ। ਹਾਂਜੀ, ਅਤੇ ਜਿਹੜੀ ਬੀਜਣ ਦੀ ਤੁਸੀਂ ਅੱਗੇ ਗੱਲ ਕੀਤੀ ਸੀਗੀ, ਤੁਸੀਂ ਦੇਣੇ ਸੀਗੇ ਵਧੀਆ ਬੀਜ ਉਹ ਕਿਵੇਂ, ਮਤਲਬ ਕਿ ਉਹ ਕਦੋਂ ਕੁ? ਉਹ ਜਦੋਂ ਵੀ ਨਾ ਲੋੜ ਪਊਂਗੀ, ਇਹਨਾਂ ਨੇ ਕੁਆਲਿਟੀਆਂ ਲਿਖਾਈਆਂ, ਉਹੀ ਕੁਆਲਿਟੀਆਂ ਅਸੀਂ ਮੁਹੱਈਆ ਕਰਾਵਾਂਗੇ। ਅੱਛਾ ਜੀ। ਹਾਂਜੀ, ਇਹਨਾਂ ਨੇ ਲਿਖਾਈਆਂ ਸਾਨੂੰ ਪਿੰਡ ਵਾਲਿਆਂ ਨੇ। ਇਸ ਤੋਂ ਪਹਿਲਾਂ ਜਿਹੜੀ ਜ਼ਮੀਨ ਇੱਥੇ ਰਹਿੰਦੀ ਹੈ, ਪੱਧਰੀ ਸੀ ਜੀ? ਪੱਧਰੀ, ਬਿਲਕੁਲ ਪੱਧਰੀ ਤੇ ਜੀ। ਝੋਨਾ ਕਈਆਂ ਨੇ ਤਾਂ ਦੋ ਦੋ ਵਾਰ ਝੋਨਾ ਲਾ ਲਿਆ ਵਿਚਾਰਿਆਂ। ਮੈਂ ਦੱਸਿਆ ਨਾ ਵੀ ਤਿੰਨ ਨੁਕਸਾਨ ਹੋ ਗਏ, ਇੱਕ ਤਾਂ ਠੇਕਾ ਦੇ ਦਿੱਤਾ ਉਹਨਾਂ ਨੇ ਜਿਹੜਾ ਠੇਕੇ ਦੇ ਤੇ, ਇੱਕ ਜਿਹੜਾ ਫਸਲ ਬੀਜਣ ਦਾ ਖਰਚਾ ਹੋ ਗਿਆ, ਕਹਾ ਬੱਚਤ ਕੁਛ ਨਹੀਂ ਹੈਗੀ, ਤੀਜਾ ਨੁਕਸਾਨ ਹੋ ਗਿਆ ਪੱਧਰੀ ਕਰਨ ਦਾ। ਅਤੇ ਜੇ ਇਹਨਾਂ ਦਾ ਨੁਕਸਾਨ ਹੋਇਆ ਮਾਲਕਾਂ ਦਾ, ਤਾਂ ਜਿਹਨੇ ਠੇਕੇ 'ਤੇ ਲਈ ਹੋਊਗੀ ਉਹਦਾ ਵੀ ਨੁਕਸਾਨ ਹੈ ਜੀ? ਉਹਨਾਂ ਨੂੰ ਵੀ ਕੁਛ ਕਰ ਰਹੇ ਹੋ? ਉਹਨਾਂ ਨੂੰ ਤਾਂ ਨਹੀਂ, ਉਹਨਾਂ ਤਾਂ ਤਕਰੀਬਨ ਇਹਨਾਂ ਨੇ ਠੇਕਾ ਅੱਧੇ ਤਾਂ ਪਹਿਲਾਂ ਹੀ ਲੈ ਲੈਂਦਾ ਠੇਕਾ। ਇਹ ਤਾਂ ਜ਼ਮੀਨ ਵਾਲੇ ਦੀ ਮਰਜ਼ੀ ਵੀ ਇਹਨਾਂ ਨੂੰ ਹੁਣ ਠੇਕਾ ਛੱਡਦਾ ਜਾਂ ਨਹੀਂ ਛੱਡਦਾ, ਉਹਦੀ ਦਿਆਂਤਦਾਰੀ ਹੈ। ਤਾਂ ਅੱਧਾ ਠੇਕਾ ਤਾਂ ਪਹਿਲਾਂ ਹੀ ਲੈ ਲੈਂਦਾ ਅਗਲਾ ਜੀ ਜੀ, ਅੱਧਾ ਕਣਕ ਦੇ ਲੈਂਦਾ। ਹੁਣ ਕਈਆਂ ਨੇ ਦੋ ਦੋ ਵਾਰ ਝੋਨਾ ਲਾਇਆ, ਪਹਿਲਾਂ ਇੱਕ ਵਾਰ ਪਾਣੀ ਸਟਾਰਟਿੰਗ 'ਚ ਆ ਗਿਆ ਤਾਂ ਉਹ ਝੋਨਾ ਖਤਮ ਹੋ ਗਿਆ, ਫਿਰ ਦੁਬਾਰਾ ਫਿਰ ਲਾਇਆ ਉਹ ਫਿਰ ਖਤਮ ਹੋ ਗਿਆ, ਪਿਛਲੇ ਸਾਲ ਵੀ ਇਸ ਤਰ੍ਹਾਂ ਹੀ ਹੋ ਗਿਆ। ਤਾਂ ਇਸ ਤੋਂ ਪਹਿਲੇ ਤੁਸੀਂ ਮਤਲਬ ਕਿ ਜਦੋਂ ਇਹ ਤੇਲ ਵਗੈਰਾ ਦੇਣਾ ਸੀ, ਕੋਈ ਸਰਵੇ ਹੁੰਦਾ ਹੈ ਜੀ ਜਾਂ ਕਿਵੇਂ? ਅਸੀਂ ਪਿੰਡ ਤਕਰੀਬਨ ਬਹੁਤ ਵਾਰ ਬੰਦਿਆਂ ਨੂੰ ਆਖਿਆ ਕਿ ਮੈਂ ਇਲਾਕੇ 'ਚ ਰਹਿੰਦਾ ਤਾਂ ਆਇਆ, 18 ਸਾਲ ਮੈਂ ਪਰਿਵਾਰ ਛੋੜਾ ਸਾਹਿਬ ਰਿਹਾ, ਤਕਰੀਬਨ ਪਲ ਪਲ ਪਿੰਡ ਦੇ ਵਿੱਚ ਆਉਂਦੇ ਜਾਂਦੇ ਸਾਰੇ ਫੇਸ ਟੂ ਫੇ ਬੰਦਿਆਂ ਨੂੰ ਅਸੀਂ ਜਾਣਦੇ ਹਾਂ ਜੀ, ਇਹਨਾਂ ਦੇ ਹਾਲਾਤਾਂ ਨੂੰ ਜਾਣਦੇ ਸਾਰਾ ਕੁਛ। ਪਿੰਡ ਵੀ ਸਾਡੀ ਬੜੀ ਮਦਦ ਕਰਦੇ ਨੇ, ਵੀ ਪਿੰਡ ਵੀ ਸਾਡੀ, ਇਸ ਕਰਕੇ ਸਾਡੇ ਮਨ 'ਚ ਆਈ ਵੀ ਅਸੀਂ ਇੰਨੇ ਸਾਲ ਇਹਨਾਂ ਸਾਡੀ ਮਦਦ ਕਰੀਏ, ਹੁਣ ਸਾਡਾ ਫਰਜ਼ ਇਹਨਾਂ ਦੀ ਬਾਂਹ ਫੜਨਾ। ਬਹੁਤ ਵਧੀਆ ਉਪਰਾਲਾ ਜੀ, ਹੋਰ ਬਹੁਤ ਸਾਰੀਆਂ ਸੰਸਥਾਵਾਂ ਐਵੇਂ ਕਰੀਆਂ, ਪਰ ਜਿਹੜਾ ਇਹ ਉਪਰਾਲਾ ਹੈਗਾ ਫਸਲ ਦਾ ਕਰਨਾ, ਬੀਜ ਦੇਣੀ ਸ਼ਾਇਦ ਨਹੀਂ ਕੀਤਾ, ਵੀ ਇਹਦੇ ਲਈ ਤੁਸੀਂ ਕੋਈ ਮੈਸੇਜ ਹੋਰ ਲੋਕਾਂ ਨੂੰ ਦੇਣਾ ਚਾਹੁੰਦੇ? ਮੈਂ ਇਹੀ ਕਹਿੰਦਾ ਵੀ ਜਿਹਨੇ ਸਾਡੀ ਮਦਦ ਕਰਨੀ ਹੈ ਦੇਸ਼ ਵਿਦੇਸ਼ ਦੇ ਵਿੱਚ, ਕਿਸੇ ਵੀ ਵਿਅਕਤੀ ਨੇ ਆਪਣਾ ਦਸਾਉਣ ਦੇਣਾ ਕੁਛ ਦੇਣਾ, ਉਹ ਸਾਡੇ ਕੋਲ ਭੇਜ ਸਕਦਾ। ਮੇਰਾ ਫੋਨ ਨੰਬਰ ਹੈਗਾ 98140049443, 98140049443, ਗੁਰਦੁਆਰਾ ਹੈੱਡ ਦਰਬਾਰ ਕੋਟ ਪੁਰਾਣ ਸਾਹਿਬ ਰੋਪੜ, ਉੱਥੇ ਹੈੱਡਕੁਆਟਰ ਸਾਡਾ। ਅੱਗੇ ਵੀ ਅਸੀਂ ਰਹਿਣਾ ਵੀ ਤਕਰੀਬਨ ਜਿਸ ਦਿਨ ਤੋਂ ਪਾਣੀ ਆਇਆ 17 ਤੋਂ ਅਸੀਂ ਅੰਮ੍ਰਿਤ ਸੱਜ ਰਹੇ, ਲੰਗਰ ਭੇਜਤਾ, ਲੰਗਰ ਪਿੰਡ 'ਚ ਲਾ ਕੇ ਵੀ ਰੱਖਿਆ, ਘਰ ਘਰ ਲੰਗਰ 10-12 ਦਿਨ ਦਿੰਦੇ ਰਹੇ, ਅਤੇ ਲੋਦੀ ਮਾਜਰੇ ਲੰਗਰ ਚੱਲਦਾ ਰਿਹਾ, ਟਿੱਬੀ ਸਾਹਿਬ ਤਾਂ ਹੈੱਡਕੁਆਟਰ ਤੋਂ ਉੱਥੇ ਤਕਰੀਬਨ ਸਾਰੇ ਜ਼ਿਲ੍ਹੇ ਨੂੰ ਜਿੱਥੇ ਵੀ ਲੋੜ ਸੀ ਉੱਥੇ ਲੰਗਰ ਮੁਹੱਈਆ ਕਰਾਇਆ। ਤਕਰੀਬਨ ਹਰ ਤਕਰੀਬਨ 15 ਦਿਨ ਮੈਂ ਕੋਈ ਕੰਮ ਨਹੀਂ ਕਰਿਆ ਗੁਰਦੁਆਰੇ ਦਾ, ਇਸੇ ਪਾਸੇ ਰਿਹਾ ਜੀ। ਅਤੇ ਹੁਣ ਮਤਲਬ ਕਿ ਰੂਪਨਗਰ ਜ਼ਿਲ੍ਹੇ ਨਾਲ ਸੰਬੰਧਿਤ ਲੋਕਾਂ ਦੀ ਉਹ ਮਦਦ ਕਰੋਗੇ ਜੇ ਮਾਇਆ ਆ ਜਾਂਦੀ ਹੈ ਜਾਂ ਕਿਤੇ ਹੋਰ ਵੀ? ਤਕਰੀਬਨ ਮਾਇਆ ਇੰਨੀ ਕੁ ਆਉਣੀ ਹੈ, ਸਾਡਾ ਇੰਨਾ ਕੁ ਦਾਇਰਾ ਹੈ ਵੀ ਸਾਡੇ ਜਿਹੜੇ ਤਕਰੀਬਨ ਜਾਣੂ ਬੰਦੇ ਆ, ਰਿਸ਼ਤੇਦਾਰ, ਉਹਨਾਂ ਨੇ ਭੇਜੀ ਆ ਮਦਦ, ਅਤੇ ਉਹਦੇ ਨਾਲ ਅਸੀਂ ਆਪਣਾ ਇਹਨਾਂ ਦਾ ਜਿਹੜਾ ਹੈ ਕਰ ਰਹੇ ਹਾਂ। ਜੇ ਹੋਰ ਆ ਕੇ ਆਪਾਂ ਜ਼ਿਲ੍ਹੇ ਤੋਂ ਬਾਹਰ ਵੀ ਕਰ, ਜੇ ਇਹੀ ਪਿੰਡ ਕਵਰ ਹੋਣੇ, ਅਸੀਂ ਸਮਝਿਆ ਵੀ ਜਿਹੜੇ ਪਿੰਡ ਇੱਕ ਵਾਰ ਫੜ ਲਏ ਉਹਨਾਂ ਦੀ ਪੂਰੀ ਮਦਦ ਕੀਤੀ ਜਾਵੇ ਜੀ। ਕੋਈ ਪਿੰਡ ਅਜਿਹੇ ਤਾਂ ਨਹੀਂ ਜਿਹੜੇ ਰਹਿ ਗਏ ਹੋਵੇ ਇਸ ਏਰੀਏ ਦੇ ਵਿੱਚ? ਤਕਰੀਬਨ ਸਾਡੇ ਹਿਸਾਬ 'ਚ ਕੋਈ ਤਕਰੀਬਨ, ਜਿੱਥੇ ਇੱਕ ਘਰ ਵੀ ਤਾਂ ਪਰਖਾਲੀ ਵੱਲ ਬਰਦਾਰ ਵੱਲ, ਉਹਨਾਂ ਦੀ ਵੀ ਅਸੀਂ ਕਰਤੀ। ਬਰਦਾਰ ਅਸੀਂ ਪਿੰਡ ਆਪ ਜਾ ਕੇ ਆਏ ਅਤੇ ਉਹਨਾਂ ਦੀ ਜ਼ਮੀਨ ਦੇਖੀ, ਦੇਖ ਕੇ ਉਹਨਾਂ ਨੇ 70 ਕਿੱਲੇ ਸਾਨੂੰ ਲਿਸਟ ਦਿੱਤੀ ਆ। ਉਹ ਕਹਿੰਦੇ ਵੀ ਤੁਸੀਂ ਸਾਨੂੰ ਪੈਸੇ ਦੇ ਦਿਓ ਚਾਹੇ ਤੇਲ ਦਿਓ, ਅਸੀਂ ਰਲ ਕੇ ਇਕੱਠੀ ਸਾਰਿਆਂ ਨੇ ਕਰ ਲਈ, ਕਿ ਜੇ ਸੀ ਮਸ਼ੀਨ ਦੇ ਦਿਓ ਅਸੀਂ ਰਲ ਕੇ ਨੱਕੇ ਨੁੱਕੇ ਲਾ ਕੇ ਕਰ ਦੇਣੀ। ਉਹ ਪਿੰਡ ਦਾ ਵੀ ਨੁਕਸਾਨ ਜ਼ਿਆਦਾ, ਉੱਥੇ ਗਰੀਬੀ ਵੀ ਜ਼ਿਆਦਾ ਜੀ। ਹਾਂਜੀ, ਸੋ ਕੁਝ ਕਿਸਾਨ ਵੀ ਹੈਗੇ ਨੇ ਆਏ ਹੋਏ ਨੇ ਇੱਥੇ, ਇਹ ਸਾਰੇ ਵੀਰ ਔਰ ਨੌਜਵਾਨ ਵੀ ਨੇ, ਬਜ਼ੁਰਗ ਵੀ ਨੇ, ਅਤੇ ਸਰ ਤੁਹਾਡਾ ਕਿੰਨਾ ਕੁ ਨੁਕਸਾਨ ਹੁੰਦਾ ਜੀ? ਜੀ ਸਾਡਾ ਪਹਿਲਾਂ ਤਾਂ ਮੈਂ ਸਭ ਨੂੰ ਚੈਨਲ ਦੇਖਣ ਵਾਲਿਆਂ, ਟੀ ਵੀ ਦੇਖਣ ਵਾਲਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੁਲਾਉਣਾ ਜੀ। ਸੋ ਆਪ ਜੀ ਨੂੰ ਪਤਾ ਕਿ ਸਾਡੇ ਇਲਾਕੇ ਦੇ ਵਿੱਚ ਸਰਸਾ ਨਦੀ ਅਤੇ ਸਤਲੁਜ ਦਰਿਆ ਜਿਹੜਾ ਕਿ ਚੈਨਲਾਈਜ ਨਹੀਂ ਹੋਇਆ ਹੋਇਆ, ਇਹ ਪਿਛਲੇ 2 ਸਾਲਾਂ ਤੋਂ ਤਕਰੀਬਨ ਸਾਡਾ ਇਸ ਬਰਸਾਤ ਦੇ ਸਮੇਂ 'ਤੇ ਹੜ੍ਹ ਆ ਕੇ ਫਸਲਾਂ ਦੇ ਇਹੋ ਨੁਕਸਾਨ ਕਰਦਾ। ਪਿਛਲੇ ਸਾਲ ਵੀ ਸਾਡੀਆਂ ਫਸਲਾਂ ਤਕਰੀਬਨ ਇਸ ਤੋਂ ਕੁਛ ਘੱਟ, ਲਗਭਗ 40-45% ਫਸਲਾਂ ਜਿਹੜੀਆਂ ਬਿਲਕੁਲ ਸਰਸਾ ਨਾਲ ਨਸ਼ਟ ਕਰ ਦਿੱਤੀਆਂ ਸੀ, ਅਤੇ ਉਹ ਉਸ ਸਮੇਂ ਅਸੀਂ
ਆਪਣੇ ਹੀ ਤੌਰ 'ਤੇ ਜਿੰਨੇ ਆ ਵੀ ਨੁਕਸਾਨ ਹੋਇਆ ਖੇਤਾਂ ਦਾ, ਰੇਤਾ ਕਰਾਹੀ ਟੋਏ ਟਿੱਬੇ ਪੈ ਗਏ ਜੀ, ਉਹ ਅਸੀਂ ਆਪਣੇ ਤੌਰ 'ਤੇ ਪੱਧਰ ਕੀਤੇ। ਪਰ ਇਸ ਵਾਰ ਸੰਤ ਬਾਬਾ ਅਵਤਾਰ ਸਿੰਘ ਜੀ ਨੇ ਸਾਨੂੰ ਬਹੁਤ ਵੱਡਾ ਸਹਿਯੋਗ ਦਿੱਤਾ ਹੈ, ਜਿਸ ਦੇ ਨਾਲ ਸਾਨੂੰ ਵਿਸ਼ਵਾਸ ਦਵਾਇਆ ਵੀ ਤੁਹਾਡੀ ਜਿਹੜੀ ਜ਼ਮੀਨ ਹੈ ਇਹ ਬਿਲਕੁਲ ਪੱਧਰੀ ਕਰਵਾ ਕੇ ਜੋ ਵੀ ਖਰਚਾ ਹੁੰਦਾ, ਜੋ ਵੀ ਤੇਲ ਲੱਗਦਾ, ਅਸੀਂ ਆਪਣੇ ਤੌਰ 'ਤੇ ਦੇਵਾਂਗੇ। ਬਾਕੀ ਬਾਬਾ ਜੀ ਨੂੰ ਪਤਾ ਵੀ ਇਹ ਪੈਸਾ ਇਹਨਾਂ ਨੇ ਕਿੱਥੋਂ ਲਿਆਉਣਾ ਅਤੇ ਕਿੱਥੇ ਸਾਨੂੰ ਦੇਣਾ ਹੈ, ਇਹ ਤਕਰੀਬਨ ਬਾਬਾ ਜੀ ਨੂੰ ਹੀ ਪਤਾ ਕਿਹੜੀ ਸੰਸਥਾ ਇੱਥੇ ਇਹਨਾਂ ਨਾਲ ਅਟੈਚ ਹੈ। ਅਸੀਂ ਵੀ ਬਾਹਰ ਦੀਆਂ ਸੰਸਥਾਵਾਂ ਨੂੰ ਇਹ ਵੀ ਕਹਿੰਦੇ ਆ ਵੀ ਜੋ ਨੁਕਸਾਨ ਹੋਇਆ ਜਿਸ ਜਿਸ ਇਲਾਕੇ ਦੇ ਉੱਥੇ ਉੱਥੇ ਜਿੰਨਾ ਵੀ ਸਹਿਯੋਗ ਦੇ ਸਕਦੇ ਹੋ ਉਹਨਾਂ ਦਿੱਤੇ ਜਾਵੇ। ਸੋ ਇੰਨਾ ਹੀ ਕਹਿੰਦਾ ਹੋਇਆ ਮੈਂ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਬਜ਼ੁਰਗ ਵੀ ਨੇ ਬਾਬਾ ਜੀ, ਕਿੰਨਾ ਕੁ ਨੁਕਸਾਨ ਹੋਇਆ ਤੁਹਾਡਾ? ਬੋਲਿਆ ਨਹੀਂ ਮੈਂ ਕਦੀ, ਨਹੀਂ ਫਿਰ ਵੀ ਨੁਕਸਾਨ ਤਾਂ ਜੀ ਸਾਡਾ ਬਹੁਤ ਹੋਇਆ ਜੀ। ਕੋਈ ਘਰ ਆ ਕੋਈ 10 ਲੱਖ ਦਾ, ਕੋਈ 5 ਲੱਖ ਦਾ, ਕੋਈ 3 ਲੱਖ ਦਾ, ਕੋਈ 2 ਲੱਖ ਦਾ, ਨੁਕਸਾਨ ਤਾਂ ਸਾਡਾ ਜੀ ਇੰਨਾ ਬਹੁਤ ਹੋਇਆ ਜੀ। ਅਸੀਂ ਤਾਂ ਸੰਤਾਂ ਦਾ ਧੰਨਵਾਦ ਕਰਦੇ ਹਾਂ ਜਿਹਨਾਂ ਨੇ ਸਾਡੀ ਬਾਂਹ ਫੜੀ ਆ, ਸਾਨੂੰ ਰਸਤਾ ਪਾਇਆ। ਕੋਮਾ ਬਾਕੀ ਮਿੱਟੀ, ਅਸੀਂ ਮਿੱਟੀ ਕੱਢਣੀ ਆ, ਕੋਈ ਸਾਨੂੰ ਰਹਿਤ ਮਿਲੀ ਜਾਵਾ ਅਸੀਂ ਮਿੱਟੀ ਟਰਾਲੀਆਂ ਨਾਲ ਬਾਹਰ ਕੱਢ ਕੇ ਸਿੱਟ ਦਈਏ, ਜਿਹੜੇ ਧੜੇ ਲੱਗੇ ਹੋਏ ਆ ਸਾਡੀ ਮਦਦ ਕੀਤੀ ਜਾਵੇ ਗੌਰਮੈਂਟ। ਹੁਣ ਤੁਸੀਂ ਸਾਰੇ ਜਣੇ ਜਿੰਨੇ ਇੱਥੇ ਇਕੱਤਰ ਹੋਏ ਹੋ, ਆਪਣੇ ਆਪਣਾ ਖੇਤ ਸਵਾਰੋਗੇ ਜਾਂ ਕਿਸੇ ਦੀ? ਰਲ ਕੇ ਵੀ ਇਕੱਠੇ ਹੋ ਕੇ ਸਵਾਰੂੰਗਾ, ਜੀ ਕੋਈ ਨਹੀਂ ਟਰੈਕਟਰ ਹੈਗਾ ਉਹਦਾ ਵੀ ਸਵਾਰਾਂਗੇ। ਅੱਛਾ ਜੀ, ਹਾਂਜੀ ਬਹੁਤ ਚੰਗੀ ਗੱਲ ਹੈ ਜੀ। ਹਾਂਜੀ ਹਾਂਜੀ, ਜਿੱਥੇ ਸੇਵਾ ਤੁਹਾਤੋਂ ਹੋ ਰਹੀ ਹੈ ਤੁਸੀਂ ਵੀ ਕਰਾਂਗੇ ਜੀ, ਅਸੀਂ ਆਪ ਕਰਾਂਗੇ ਜੀ। ਹਾਂਜੀ, ਅਤੇ ਜਿਵੇਂ ਪਤਾ ਲੱਗਿਆ ਜੀ ਕਹਿੰਦੇ ਪਿਛਲੀ ਵਾਰ ਵੀ ਨੁਕਸਾਨ ਹੋਇਆ ਸੀ, ਉਦੋਂ ਬਾਬਾ ਅਵਤਾਰ ਸਿੰਘ ਜੀ ਨਾਲ ਤੁਹਾਡਾ ਸੰਪਰਕ ਨਹੀਂ ਹੋ ਪਾਇਆ? ਯਾਰ ਜੀ ਸਾਨੂੰ, ਅਸੀਂ ਕਿਸੇ ਬਗਤੀ ਨੇ ਕਿਸੇ ਨਾਲ ਗੌਰੇ ਨਹੀਂ ਕਰੀ, ਨਾ ਸੰਤਾ ਜੀ ਨੂੰ ਇਹਨਾਂ ਨੂੰ ਕਿਹਾ ਕੁਛ ਵੀ ਜੀ ਬਾਬਾ ਜੀ ਨੂੰ, ਆਪਣੇ ਆਪਣੇ ਕੰਮ ਵਿਧਾਨ ਜਿਹੜੇ ਹੈਗੇ ਤੇ ਮਾੜੇ ਮੋਟੇ ਪਚੂੰਡ ਚਾਂਡ ਕੇ ਮਸ਼ੀਨਾਂ 'ਤੇ ਵਢਾ ਕੇ ਢੇਰੀਆਂ ਲਾ ਲਾ ਕੇ ਵੱਢ ਕੇ ਅਸੀਂ ਕਰਾਹੀ ਕਰ ਲਈ। ਐਸੋ ਦੀ ਵਾਰੀ ਤਾਂ ਜੀ ਸਾਰਾ ਹੀ ਨੁਕਸਾਨ ਹੈ, ਨੁਕਸਾਨ ਐਸੋ ਤਾਂ ਕੋਈ ਬਚਿਆ ਹੀ ਨਹੀਂ, ਸਾਡਾ 50 ਨਾ 50 ਨਾ ਬਚਿਆ ਹੀ ਨਹੀਂ ਹੈ। ਅੱਛਾ ਜੀ, ਹਾਂਜੀ ਹੁਣ ਤਾਂ ਟਾਈਮ ਆ, ਬਾਬਾ ਜੀ ਨੇ ਸਾਡੀ ਬਾਂਹ ਫੜੀ ਆ, ਅਸੀਂ ਇਹਨਾਂ ਦਾ ਬੜਾ ਧੰਨਵਾਦ ਕਰਦੇ ਹਾਂ। ਸਾਡਾ ਇਹਨਾਂ ਨੇ ਸਿਰਾ ਲਾਤਾ ਨਹੀਂ, ਸਾਡੇ ਸਿਮਰ ਨਹੀਂ ਹੁੰਦੀ ਅਤੇ ਜ਼ਮੀਨ ਸਿਮਰ ਨਹੀਂ ਸਕਦੀ। ਹਾਂਜੀ, ਅਤੇ ਸਾਡੇ ਨਾਲ ਪਿੰਡਾਸਪੁਰ ਤੋਂ ਹੀ ਨੌਜਵਾਨ ਸਰਪੰਚ ਸਾਹਿਬ ਹੈਗੇ ਨੇ, ਨਾਮ ਕੀ ਹੈ ਜੀ ਤੁਹਾਡਾ? ਮੇਰਾ ਨਾਮ ਜੀ ਰਣਵੀਰ ਸਿੰਘ ਸੋਨੀ, ਜੋ ਪਿੰਡਾਸਪੁਰ ਜੀ। ਜੀ ਸਰਪੰਚ ਸਾਹਿਬ, ਪਿੰਡ ਦੇ ਹਾਲਾਤ ਕੀ ਬਣੇ ਨੇ ਜਦੋਂ ਹੜ੍ਹ? ਇਹ ਤਾਂ ਸਰ ਤੁਸੀਂ ਆਪਣੇ ਆਪ ਹੀ ਦੇਖ ਹੀ ਲਿਆ, ਚਾਰੇ ਪਾਸੇ ਰੇਤ ਹੀ ਰੇਤ। ਜੇ ਇੱਧਰਲੇ ਪਾਸੇ ਸਾਡੀਆਂ ਜ਼ਮੀਨਾਂ ਚੰਗੀਆਂ ਤਾਂ ਉੱਥੇ ਪਾਣੀ ਸਤਲੁਜ ਦਰਿਆ ਦਾ, ਬਾਕੀ ਜਿਹੜੀਆਂ ਜ਼ਮੀਨਾਂ ਦੇਖ ਲਓ ਢਾਹ ਲੱਗੀ ਆ, ਸਰਸੇ ਨਾਲ ਲਾਇਆ ਵਾ, ਇਹ ਨਵਾਂ ਨਵਾਂ ਹਰ ਇੱਕ ਜਗ੍ਹਾ 'ਤੇ ਹਰ ਇੱਕ ਵਾਰ ਨਵਾਂ ਰਸਤਾ ਪਾਣੀ ਬਣਾ ਲੈਂਦਾ ਏ। ਜ਼ਮੀਨਾਂ ਸਾਡੀਆਂ ਛੱਡੀਆਂ ਨਹੀਂ ਕਿਸੇ ਵਾਹਣ ਯੋਗ, ਕਿਸੇ ਕੰਮ ਲਈ ਫਸਲ ਯੋਗ। ਬਾਬਾ ਅਵਤਾਰ ਸਿੰਘ ਜੀ ਨਾਲ ਜਦੋਂ ਮੈਂ ਗੱਲ ਕਰ ਰਿਹਾ ਸੀ, ਉਹਨਾਂ ਨੇ ਦੱਸਿਆ ਕਹਿੰਦੇ ਪਿਛਲੀ ਵਾਰ ਵੀ ਨੁਕਸਾਨ ਹੋਇਆ ਸੀ, ਸਰਕਾਰਾਂ ਨੇ ਕੁਝ ਵੀ ਨਹੀਂ ਸਿੱਖਿਆ? ਨਹੀਂ, ਪਿਛਲੀ ਵਾਰ ਵੀ ਨੁਕਸਾਨ ਹੋਇਆ, ਗੋਦਾਵਰੀ ਵਗੈਰਾ ਕਰਾਤੀ ਤੀ, ਆਇਆ ਕੁਛ ਨਹੀਂ ਹੁਣ ਤੱਕ। ਇਸ ਵਾਰ ਵੀ ਗੋਦਾਵਰੀ ਕਰਵਾ ਦਿੱਤੀ ਆ, ਪਰ ਉਮੀਦ ਕਰ ਸਕਦੇ ਆ ਅਸੀਂ ਤਾਂ, ਸ਼ਾਇਦ ਆਵੇ ਜਾਂ ਨਾ ਆਵੇ ਉਹਦਾ ਬਾਰੇ ਕੋਈ ਪੱਕਾ ਪਤਾ ਨਹੀਂ। ਜੇ ਵੀ ਉਮੀਦ ਕਰ ਸਕਦੇ ਹੋ, ਪਿੱਛੇ ਨਹੀਂ ਆਇਆ ਜਦੋਂ ਦੇਖੋ ਉਮੀਦ ਤਾਂ ਹੀ ਦੁਨੀਆ ਹੈ, ਕਿਆ ਪਤਾ। ਹੁਣ ਸਾਨੂੰ ਤਾਂ ਇਸ ਵਾਰ ਜੋ ਗੱਲ ਇਹ ਵੀ ਬਾਬਾ ਜੀ ਨੇ ਸਾਡੀ ਬਾਂਹ ਫੜੀ ਆ, ਤਾਂ ਇਹਨਾਂ ਨਾਲ ਸਾਨੂੰ ਇੱਕ ਰਾਹਤ ਦਵਾਈ ਆ ਵੀ ਆਪਣੀਆਂ ਤੁਸੀਂ ਫਸਲਾਂ ਪੱਧਰੀਆਂ ਕਰੋ, ਇਹਦੇ ਅਗਲੇ ਵਾਰ ਇਹਨੂੰ ਬੀਜਣ ਯੋਗ ਕਰ ਲਓ। ਕਣਕ ਦੀ ਘੱਟੋ ਘੱਟ ਸਾਡੀ ਕਣਕ ਦੀ ਫਸਲ ਤਾਂ ਬਾਬਾ ਜੀ ਦੀ ਮਦਦ ਦੇ ਨਾਲ, ਕਹਿਣ ਦਾ ਮਤਲਬ, ਬੀਜ ਹੋ ਸਕਦੀ ਆ। ਸਰਕਾਰ ਪੱਖੀ ਸਰਪੰਚ ਲੱਗਦੇ ਹੋ ਜਿਹੜੇ, ਉਮੀਦ ਹੈ ਜੇ ਵੀ ਕਰੀ ਬੈਠੇ ਹੋ? ਨਹੀਂ ਦੇਖੋ, ਉਮੀਦ ਤਾਂ ਦੁਨੀਆ ਕਾਇਮ ਆ, ਬਾਕੀ ਤੁਹਾਨੂੰ ਪਤਾ ਹੀ ਆ ਬਾਬਾ ਜੀ 'ਤੇ ਵਿਸ਼ਵਾਸ, ਤੁਹਾਨੂੰ ਦੱਸਿਆ। ਪਿਛਲੀ ਵਾਰ ਤੁਹਾਨੂੰ ਦੱਸਿਆ ਨਾ ਵੀ ਪਿਛਲੀ ਵਾਰ ਗੋਦਾਵਰੀ ਉਹਨਾਂ ਨਾਲ ਕਰਵਾਈ ਤੀ ਸਰਕਾਰ ਨੇ, ਪਰ ਸਾਨੂੰ ਮਿਲਿਆ ਕੁਛ ਨਹੀਂ। ਇਸ ਵਾਰ ਵੀ ਉਹੀ ਗੋਦਾਵਰੀ ਦੇ ਹੀ। ਪਿੰਡ ਦਾ ਸਰਪੰਚ ਬਹੁਤ ਕੁਝ ਕਰ ਸਕਦਾ ਹੁੰਦਾ, ਜਦੋਂ ਕਹਿੰਦੇ ਆਈ ਤੇ ਆ ਜਾਵੇ ਨਾ ਸਰਪੰਚ ਆਪਣੀ, ਸਰਪੰਚ ਦੀ ਜਾਂ ਤਾਂ ਸਰਪੰਚ ਸਾਹਿਬ ਜੋਨੀ ਸਾਹਿਬ ਆਪਣੀ ਤਾਕਤ ਨਹੀਂ ਪਹਿਚਾਣ ਸਕੇ, ਜਾਂ ਸੋਨੀ ਜੀ, ਜਾਂ ਫਿਰ
ਕਹਿ ਲਈਏ ਵੀ ਐਫਰਟਸ ਨਹੀਂ ਕੀਤੇ? ਦੇਖੋ ਮੈਂ ਤਾਂ ਜੋ ਜਿੱਦਾਂ ਤੁਹਾਨੂੰ ਪਹਿਲੇ ਦੱਸਿਆ ਸਰ ਵੀ ਆਪਣੇ ਪਿੰਡ ਦੀਆਂ ਜਿਹੜੀਆਂ ਸਮੱਸਿਆ ਦੀਆਂ ਮੇਨ ਜਿਸ ਦਿਨ ਹੜ੍ਹ ਆਇਆ ਉਹਦੇ ਦੂਸਰਾ ਤੀਸਰਾ ਦਿਨ ਹੀ ਆਪਣੇ ਲੀਡਰ ਸਾਹਿਬਾਨ ਜਿਹੜੇ ਹੈਗੇ ਤੇ ਆਪਣੇ ਇਲਾਕੇ ਦੇ ਉਹਨਾਂ ਨੂੰ ਇੱਥੇ ਮੌਕੇ 'ਤੇ ਹਾਜ਼ਰ ਕਰਤਾ ਤਾ। ਸਾਡੇ ਪਿੰਡ ਵੱਲ ਢਾਲ ਲੱਗੀ ਤੀ, ਇੱਕ ਜ਼ਮੀਨ ਹੜ੍ਹਦੀ ਸੀ, ਉਹਨਾਂ ਨੂੰ ਮੌਕੇ 'ਤੇ ਦਿਖਾਇਆ ਵੀ ਪਹਿਲੇ ਸਾਡੇ ਪਿੰਡ ਨੂੰ ਬਚਾਓ, ਬਾਕੀ ਮੌਕੇ 'ਤੇ ਅਸੀਂ ਆਪਣੀ ਸਾਰੀ ਉਸੀ ਟਾਈਮ ਜਿਹੜੀ ਫਸਲ ਤੀ ਨਾ ਉਹਨਾਂ ਨੂੰ ਦਿਖਾ ਤੀ, ਬਾਕੀ ਕਰਨਾ ਨਾ ਕਰਨਾ ਉਹਨਾਂ ਦੇ ਹੱਥ ਹੈ। ਸਰਕਾਰ ਸਾਡੇ ਜੋ ਮੌਕੇ ਦੇ ਲੀਡਰ MLA ਸਾਹਿਬ ਆ, ਸਾਡੇ ਵਿਧਾਨ ਸਭਾ ਸਪੀਕਰ ਰਾਣਾ ਕਮਰਪਾਲ ਜੀ, ਉਹ ਇੱਥੇ ਮੌਕੇ ਦੇ ਆਲੇ, ਉਹਨਾਂ ਨਾਲ ਦੇਖ ਲਿਆ। ਬਾਕੀ ਉਹਨਾਂ ਨਾਲ ਕੈਪਟਨ ਸਾਹਿਬ ਤੱਕ ਤਾਂ ਪਹੁੰਚ ਉਹਨਾਂ ਨਾਲ ਕਰਨੀ, ਉਹਨਾਂ ਨੇ ਦੱਸਣਾ ਸਾਡੇ ਜੋ ਮਦਦ ਸਾਡੀ ਹੋ ਸਕਦੀ ਹੈ ਕਰਵਾਉਣੀ ਆ ਉਹ ਤੋਂ ਉਹਨਾਂ ਨਾਲ ਕਰਵਾਉਣਾ। ਬਾਕੀ ਅਸੀਂ ਆਪਣੇ ਪੂਰੇ ਪਿੰਡ ਵਾਸੀਆਂ ਨੂੰ ਨਾਲ ਲੈ ਕੇ ਉਹਨਾਂ ਦੇ ਇੱਥੇ ਇਕੱਲੇ ਇਕੱਲੇ ਖੇਤ ਚੈੱਕ ਕਰਵਾਤੇ ਵੀ, ਆਪਣੀ ਫਸਲ ਦਿਖਵਾਤੀ ਵੀ ਜੀ। ਸੋ ਇਹਨਾਂ ਵੱਲੋਂ ਫਸਲ ਜਿਹੜੀ ਹੈਗੀ ਉਹ ਚੈੱਕ ਕਰ ਲਏ ਗਏ ਆ, ਪਰ ਅਫਸੋਸ ਇਹੀ ਆ ਵੀ ਚੈੱਕ ਹੀ ਕਰੀਏ, ਕੁਛ ਹੋਰ ਨਹੀਂ ਕਰਦੇ, ਚੈੱਕ ਹੀ ਕਰਦੇ ਨੇ ਇਹਨਾਂ ਤਾਂ ਉਹਨਾਂ ਨੂੰ ਸਾਡੀਆਂ। ਦੇਖੋ ਤੁਸੀਂ ਆਪ ਵੀ ਦੇਖ ਸਕਦੇ ਆ ਕਿ ਸਾਡੇ ਕਿਸੇ ਵੀ ਮੋਟਰ ਦਾ ਕੋਈ ਕਮਰਾ ਨਹੀਂ ਬਚਿਆ ਹੋਇਆ, ਕਿਸੇ ਵੀ ਮੋਟਰ 'ਤੇ ਕੋਈ ਟਰਾਂਸਫਾਰਮ ਨਹੀਂ ਹੈ, ਉਹ ਵੀ ਉਹਨਾਂ ਨੂੰ ਦਿਖਾ ਚੁੱਕੇ ਆ। ਜੋ ਮੇਰਾ ਇੱਕ ਕੰਮ ਕਰਨ ਦਾ ਸਰਪੰਚ ਦਾ ਕਹਿਣ ਦਾ ਮਤਲਬ, ਮੈਂ ਤਾਂ ਉਹ ਆਪਣੀ ਡਿਊਟੀ ਕਰੀ ਆ, ਉਹਨਾਂ ਨੂੰ ਦਿਖਾਇਆ ਹੈ। ਬਾਕੀ ਉਹ ਤਾਂ ਸਰਕਾਰ ਨੇ ਉਹਨਾਂ ਨੇ ਆਪ ਦੇਖਣਾ ਜੇ ਸਾਡੇ ਨਾਲ ਚੱਲਾਂਗੇ, ਸਾਡੀ ਮਦਦ ਕਰੂੰਗੇ। ਇਸ ਵਕਤ ਸਾਡੀ ਜੇ ਉਹਨਾਂ ਨੇ ਮਦਦ ਨਾ ਕਰੀ ਤਾਂ ਅਸੀਂ ਗਾਹਾਂ ਨੂੰ ਸਾਡੇ ਹੱਥ ਖੜ੍ਹੇ, ਅਸੀਂ ਕਦੇ ਵੋਟ ਪਾਵਾਂਗੇ ਨਹੀਂ। ਸਾਡਾ ਕੋਈ ਪਾਰਟੀ ਗੱਲ ਨਹੀਂ, ਅਸੀਂ ਇੱਕ ਪਾਰਟੀ ਨਾਲ ਸੰਬੰਧ ਰੱਖਦੇ ਹਾਂ। ਠੀਕ ਹੈ, ਅਸੀਂ ਤਾਂ ਲੋਕਾਂ ਦੇ ਲਈ ਉਹ ਤੁਸੀਂ ਵੀ ਖੜ੍ਹੇ। ਹਾਂਜੀ ਹਾਂਜੀ ਹਾਂਜੀ, ਬਿਲਕੁਲ ਸਹੀ ਆ। ਚਲੋ ਇੱਕ ਪਾਰਟੀ ਨਾਲ ਵੀ ਉਹ ਤਾਂ, ਅਗਰ ਅਜਿਹੇ ਕੰਮਾਂ 'ਤੇ ਥੋੜ੍ਹੇ ਰਾਜਨੀਤੀ ਤੋਂ ਉੱਤੇ ਉੱਠ ਜਾਓ ਤਾਂ ਵਧੀਆ ਗੱਲ ਹੈ। ਹਾਂਜੀ ਸਰ, ਹਾਂਜੀ, ਅਗਰ ਸਾਡੀ ਉਹ ਮਦਦ ਕਰਦੇ ਆ ਮੌਕੇ ਦੇ ਲੀਡਰ ਜੋ ਹੈ ਵੀ, ਤਾਂ ਅਸੀਂ ਉਹਨਾਂ ਦੇ ਨਾਲ ਵੱਧ ਚੜ੍ਹ ਕੇ ਉਹਨਾਂ ਦੇ ਨਾਲ ਸਹਿਯੋਗ ਕਰੂੰਗੇ ਹਰ ਇਲੈਕਸ਼ਨ ਦੇ ਵਿੱਚ। ਅਗਰ ਨਹੀਂ ਕਰਦੇ ਆ ਤਾਂ ਜੋ ਮੌਕੇ ਦਾ ਹੋਊਗਾ ਉਹ ਦੇਖਾਂਗੇ ਜੀ। ਬਹੁਤ ਸ਼ੁਕਰੀਆ ਲੰਬੜਦਾਰ ਸਾਹਿਬ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ, ਕੀ ਨਾਮ ਤੁਹਾਡਾ? ਬਜਿੱਤਰ ਸਿੰਘ ਲੰਬੜਦਾਰ ਜੀ। ਬਜਿੱਤਰ ਸਿੰਘ ਤਾਂ ਵੈਸੇ ਹੀ ਨਾਮ ਬਹੁਤ ਬਹਾਦਰੀ ਦਾ ਪ੍ਰਤੀਕ ਹੈ। ਅਤੇ ਸਰ ਗੋਦਾਵਰੀ ਵਗੈਰਾ ਹੋ ਗਈ? ਗੋਦਾਵਰੀ ਵਗੈਰਾ ਤਾਂ ਪਿਛਲੇ ਸਾਲ ਵੀ ਕਰਵਾਈ ਆ, ਨਾਲ ਹੋ ਕੇ ਕਰਵਾਈ ਆ ਜੀ। ਕੋਈ ਕਾਗਜ਼ ਮਾ ਰੁਪਈਆ ਇੱਕ ਨਹੀਂ ਆਇਆ ਤੱਕ ਜ਼ਿਮੀਂਦਾਰ ਦੇ ਖਾਤੇ ਮਾ। ਇਹ ਨਹੀਂ ਪਤਾ ਉਹਦੇ ਪ੍ਰਸ਼ਾਸਨ ਦੇ ਜਿਹੜੇ ਅਧਿਕਾਰੀ ਅਤੇ ਉਹ ਖਾ ਗਏ ਜਾਂ ਸਰਕਾਰ ਨਾਲ ਹੀ ਨਹੀਂ ਪਾਇਆ। ਇਸ ਵਾਰ ਵੀ ਗੋਦਾਵਰੀ ਕਰਵਾਈ ਆ, ਕੋਈ ਪ੍ਰਸ਼ਾਸਨ ਨੇ ਸਾਰੇ ਕੁਝ ਦੱਸਿਆ ਵੀ ਇੰਜਣ ਡੁੱਬੇ, ਮੋਟਰਾਂ ਦੇ ਕੋਠੇ ਟਏ, ਬਿਜਲੀ ਦੀਆਂ ਲਾਈਨਾਂ ਗਿਰੀਆਂ। ਉਹ ਕਹਿੰਦੇ ਇਸ ਬਾਰੇ ਅਸੀਂ ਕੁਛ ਨਹੀਂ ਕਰ ਸਕਦੇ ਪਟਵਾਰੀ, ਕਹਿੰਦੇ ਅਸੀਂ ਤਾਂ ਸਿਰਫ ਗੋਦਾਵਰੀ ਕਰਕੇ ਸਰਕਾਰ ਦੇ ਹੱਥ ਤੱਕ ਦੇ ਸਕਦੇ ਆ। ਜਦੋਂ ਹੁਣ ਬਿਜਲੀ ਵਾਲਿਆਂ ਨੇ ਕੋਈ ਵੀ ਕੰਮ ਕਹਿੰਦੇ ਆ, ਉਹ ਕਹਿੰਦੇ ਪਹਿਲਾਂ ਆਪਣੇ ਖੰਭੇ ਲੈ ਕੇ ਆਓ, ਆਪਣੀਆਂ ਤਾਰਾਂ ਲੈ ਕੇ ਆਓ। ਜ਼ਿਮੀਂਦਾਰ ਤਾਂ ਪਹਿਲਾਂ ਹੀ ਮਰ ਗਿਆ, ਫਸਲ ਉਹਨਾਂ ਦੀ ਬਰਬਾਦ ਹੋ ਗਈ, ਠੇਕੇ ਵਾਲਾ ਠੇਕੇ ਲੈ ਗਿਆ। ਜਿਹੜੀ ਹੁਣ ਸਾਡੇ 20-50 ਕਿੱਲੇ ਬਚੇ ਹੋਏ ਵੀ ਆ, ਉੱਥੇ ਸਤਲੁਜ ਦਾ ਦਰਿਆ ਦਾ ਪਾਣੀ ਗੋਡਾ ਗੋਡਾ ਖੜਾ। ਜੇ ਅੱਜ ਜ਼ਿਮੀਂਦਾਰ ਬਣਾਉਂਦਾ ਹੈ ਬਈ 8,000 ਰੁਪਇਆ ਮੰਗਦੇ ਆ, ਇਹ 4-wheeler ਮਸ਼ੀਨ ਦਾ ਵੱਢ ਹੋਣੇ ਆ, 7,000 ਰੁਪਇਆ 4-wheeler ਮਸ਼ੀਨ ਵਾਲਾ ਲੈ ਰਿਹਾ। ਜ਼ਿਮੀਂਦਾਰ ਦੇ 20,000 ਦੇ ਧਾਨ ਨਹੀਂ ਹੈਗੇ, ਉਹ ਇੰਨਾ ਖਰਚਾ ਕਰਕੇ ਪਹਿਲਾਂ ਡੁੱਬਿਆ ਪਿਆ। ਹੁਣ ਪ੍ਰਸ਼ਾਸਨ ਵੱਲ ਤਾਂ 1 ਰੁਪਏ ਦੀ ਮਦਦ ਨਹੀਂ ਆਈ, ਇਹ ਬਾਬਾ ਜੀ ਨਾਲ ਉਪਰਾਲਾ ਕਰਿਆ। ਸਾਡੇ ਜ਼ਿਮੀਂਦਾਰ ਤਾਂ ਢੇਰੀ ਢਾ ਗਏ ਤੇ ਵੀ ਸਾਤੇ ਕਣਕ ਵੀ ਨਹੀਂ ਬੀਜ ਹੋਣੀ, ਜਾਂ ਜੇ ਮੈਂ ਪੈਸਾ ਹੀ ਨਹੀਂ ਹੈਗਾ। ਆੜ੍ਹਤੀ ਪੈਸਾ ਨਹੀਂ ਦੇ ਰਿਹਾ, ਆੜ੍ਹਤੀ ਨੂੰ ਵੀ ਪਤਾ ਹੈ ਵੀ ਇਹਨਾਂ ਦੀ ਫਸਲ ਸਾਰੀ ਬਰਬਾਦ ਹੋ ਗਈ, ਇਹ ਪੈਸਾ ਮੋੜੂੰਗੇ ਕਿੱਥੇ ਤੋਂ? ਜਿਹੜੀ ਮੇਨ ਆ ਇਹ ਤਾਂ ਬਾਬਾ ਜੀ ਨੇ ਹੁਣ 25 ਲੀਟਰ ਕਿਹਾ ਤਾਂ ਤੇਲ ਸਾਨੂੰ ਦਿੱਤਾ ਬਾਬਾ ਜੀ ਨੇ ਵੀ ਆਪਣੇ ਏਰੀਆ ਦਾ ਸਰਵਾ ਕਰ ਲਓ ਕਿੰਨੀ ਤੁਹਾਡੀ ਜ਼ਮੀਨ ਆ। ਸਾਡੀ 200 ਕਿੱਲੇ ਦੇ ਉੱਪਰ ਜ਼ਮੀਨ ਟੱਪੀ ਇੱਕ ਪਿੰਡ ਦੀ ਆਸਪੁਰ ਦੀ ਜਿਹੜੀ ਆ, ਇਹਦੇ ਕਰਕੇ ਬਾਬਾ ਜੀ ਦੇ ਉਪਰਾਲੇ ਨਾਲ ਆ ਤੁਸੀਂ ਦੇਖ ਸਕਦੇ ਆ ਟਰੈਕਟਰ ਪਿੱਛੇ ਖੜ੍ਹੇ ਆ ਜਿਹੜੇ ਮਦਦ ਕਰ ਰਹੇ ਆ। ਜ਼ਿਮੀਂਦਾਰ ਆਪਸ ਮੈਂ ਇਕੱਠੇ ਹੋ ਕੇ ਇੱਕ ਦੂਜੇ ਦਾ ਖੇਤ ਸਵਾਰ ਰਹੇ ਆ, ਬਾਬਾ ਜੀ ਦਾ ਤੇਲ ਆ। ਤੇਲ ਉਮੀਦ ਰੱਖੀ ਹੋਈ ਹੁਣ ਸਰਕਾਰਾਂ ਤੇ? ਸਾਨੂੰ ਕੋਈ ਉਮੀਦ ਨਹੀਂ ਹੈਗੀ, ਜਾਂ ਪਿੱਛਾ ਸਾਹਿਬ ਨੂੰ ਹੈਗੀ ਹੈ ਜੀ? ਨਹੀਂ, ਮੈਂ ਕਹਿੰਦਾ ਮੈਨੂੰ ਹੈ ਨਹੀਂ ਜੀ, ਮੈਂ ਸਭ ਕੁਝ ਕਰਵਾਇਆ ਨਾਲ ਹੋ ਕੇ। ਆਹ ਦੇ ਲਓ ਕੋਠਿਆਂ ਦਾ ਹਾਲ ਦੇ ਲਓ, ਤੁਸੀਂ ਦੇਖ ਸਕਦੇ ਆ ਪਿੱਛੇ ਇੱਧਰ ਕੋਠੇ ਗਿਰੇ ਵੇ ਆ, ਟਰਾਂਸਫਾਰਮ ਗਿਰ ਕੇ ਵੇ ਆ। ਜੇ ਬਿਜਲੀ ਮਹਿਕਮੇ ਵਾਲੇ ਕੋਲ ਜਾਂਦੇ ਆ ਉਹ ਕਹਿੰਦੇ ਆਪਣੇ ਖੰਭਿਆਂ ਦਾ ਹੀਲਾ ਕਰੋ, ਆਪਣੇ ਤਾਰਾਂ ਦਾ ਹੀਲਾ ਕਰੋ। ਅਸੀਂ ਤਾਂ ਆਹੀ ਗੱਲ ਕਹਿੰਦੇ ਵੀ ਕੈਕਸ਼ਨ ਹੈ, ਕੱਟ ਕੇ ਵੀ ਤਾਰਾਂ ਦਾ ਬਾਹਰ ਕੱਢ ਦਿਓ, ਕੱਢਦੇ ਕੱਢ ਜਿਵੇਂ ਸਾਹਿਬ 100 ਕਰੋੜ ਦਾ ਐਲਾਨ ਕਰਕੇ ਗਏ ਸੀ, ਉਹ 100 ਕਰੋੜ ਕਾਹਦੇ ਲਈ ਸੀ ਉਹ? ਇਹ ਤਾਂ ਜੀ ਉਹਨਾਂ ਨੂੰ ਪਤਾ ਹੋਣਾ ਹੈ, ਉਹਨਾਂ ਦੇ ਲੀਡਰਾਂ ਵਾਸਤਾ ਹੋਊਗਾ ਜਾਂ ਕਿਸੇ ਹੋਰ ਵਾਸਤਾ ਹੋਊਗਾ। ਸਾਡੇ ਜ਼ਿਮੀਂਦਾਰਾਂ ਵਾਸਤੇ ਤਾਂ ਰੁਪਈਆ ਵੀ ਨਹੀਂ ਹੈਗਾ, ਰੁਪਈਆ ਵੀ ਨਹੀਂ ਹੈਗਾ ਜੀ।
ਦੱਸੋ ਸਹੀ ਕਿਸੇ ਦੇ ਖਾਤੇ ਮੈਂ ਆਇਆ ਵਾ ਆ 100 ਜ਼ਿਮੀਂਦਾਰ ਖੜਾ ਹੈ ਜੀ ਉੱਧਰ ਜਦੋਂ ਅਸੀਂ ਜਦੋਂ ਫੂਲ ਪਿੰਡ ਗੱਲ ਕਰ ਰਿਹਾ ਸੀ ਮੈਂ ਉਹ ਕਹਿੰਦੇ ਸਾਡੇ ਅਕਾਊਂਟਾਂ ਦੇ ਵਿੱਚ 3500 ਰੁਪਏ ਆਏ ਸਾਡਾ ਕੋਈ ਨਹੀਂ ਆਇਆ ਜੀ ਕਹਿ ਕੇ ਗਏ ਸੀ ਤੁਹਾਨੂੰ ਵੀ ਆਉਣਗੇ ਹਾਂਜੀ ਇਹ ਤਾਂ ਬਹੁਤ ਕੁਛ ਕਹਿ ਕੇ ਤੁਹਾਨੂੰ ਹਰੇਕ ਚੀਜ਼ ਦਾ ਮੁਆਵਜ਼ਾ ਮਿਲਿਆ ਆਊਗਾ ਪਰ ਮਿਲਿਆ ਤਾਂ ਹੈ ਨਹੀਂ ਅੱਜ ਤੱਕ ਪਿਛਲੇ ਸਾਲ ਦਾ ਨਹੀਂ ਮਿਲਿਆ ਮੈਂ ਤਾਂ ਹੁਣ ਦੀ ਉਮੀਦ ਕਿੱਥੇ ਰੱਖੀ ਤਾਂ ਹੀ ਤਾਂ ਸਾਡੇ ਲੋਕ ਪਿੱਛੇ ਹਟ ਗਏ ਵੀ ਅਸੀਂ ਜ਼ਮੀਨ ਨਹੀਂ ਪੱਧਰੀ ਕਰਨੀ ਹਰੇਕ ਸਾਲ ਮਰ ਸਕਦਾ ਕੈਪਟਨ ਅਮਰਿੰਦਰ ਸਿੰਘ ਦੇ ਗਏ ਹੁਣ ਰਸਤੇ 'ਚ ਕੁਛ ਹੋ ਗਿਆ ਹੋਵੇ ਇਸੇ ਲਈ ਕਹਿੰਦਾ ਵੀ ਆਪਣੀ ਆਵਾਜ਼ ਤੁਸੀਂ ਕੈਪਟਨ ਸਾਹਿਬ ਤੱਕ ਵੀ ਕਿਉਂਕਿ ਸਿੱਧੇ ਤੌਰ 'ਤੇ ਦੋਸ਼ ਦੇ ਦਈਏ ਵੀ ਉਹ ਵੀ ਚੱਲ ਮੈਂ ਤੁਹਾਨੂੰ ਉਹੀ ਗੱਲ ਕਹਿ ਰਿਹਾ ਨਹੀਂ ਇਹ ਨਹੀਂ ਪਤਾ ਉਹਦੇ ਨੁਮਾਇੰਦੇ ਦੇਵੋਂਗੇ ਸਾਨੂੰ ਕਿ ਨਹੀਂ ਦੇਵੋਂਗੇ ਇਹ ਨਹੀਂ ਪਤਾ ਆਪਸ ਮੈਂ ਖਾਊਗੇ ਮਿਲ ਕੇ ਖਾਤੇ ਮੈਂ ਪਾਤੇ ਹੋਵਾ ਇਹ ਨਹੀਂ ਪਤਾ ਪੁੱਜੇ ਕਿ ਨਹੀਂ ਪੁੱਜੇ ਸਾਡੇ ਤੱਕ ਤਾਂ ਕੋਈ ਪੈਸਾ ਨਹੀਂ ਪੁੱਜਿਆ ਦੇਖੋ ਪਿੱਛੇ ਦੇ ਨੇ ਇੱਦਾਂ ਦਾ ਕੁਛ ਨਹੀਂ ਹੋ ਸਕਦਾ ਵੈਸੇ ਪਿੱਛੇ ਦੇ ਨਹੀਂ ਆਏ ਹੋਵੋਗੇ ਅੱਗੇ ਵਾਲਾ ਕੋਈ ਨਹੀਂ ਕਰ ਸਕਦਾ ਦੇਖੋ ਸੋਸ਼ਲ ਮੀਡੀਆ ਬਹੁਤ ਅੱਗੇ ਆ ਚੈਨਲ ਵਾਲੇ ਹਰ ਇੱਕ ਵੀਰ ਅੱਜ ਟਾਈਮ ਨਹੀਂ ਲਗਾਉਂਦੇ ਚੈਨਲ ਆ ਉਹ ਆਪਣਾ ਕਰ ਦਿੰਦੇ ਆ ਅਤੇ ਇੱਦਾਂ ਦਾ ਕੁਛ ਨਹੀਂ ਹੋ ਸਕਦਾ ਵੀ ਰਸਤੇ ਮੈਂ ਹੋ ਗਿਆ ਇਹ ਤਾਂ ਪਿੱਛੇ ਦੇ ਕੈਪਟਨ ਸਾਹਿਬ ਦੀ ਕੋਈ ਮਿਹਰਬਾਨੀ ਨਹੀਂ ਹੋਈ ਨਹੀਂ ਹੋਈ ਮਿਹਰਬਾਨੀ ਤਾਂ ਕਹਿ ਕੇ ਵੈਸੇ ਆਵਾਜ਼ ਤਾਂ ਉਹ ਦੇ ਗਏ ਸੀ 100 ਕਰੋੜ ਦੀ ਚਲੋ ਤੁਹਾਨੂੰ ਫਿਰ ਲਾਸਟ ਮੈਂ ਫਿਰ ਉਹੀ ਗੱਲ ਆ ਗਈ ਵੀ ਉਮੀਦ ਤਾਂ ਦੁਨੀਆ ਕਾਇਮ ਆ ਉਮੀਦ ਤਾਂ ਦੁਨੀਆ ਕਾਇਦਾ ਸ਼ਾਇਦ ਉਹੋ ਜਿਹਾ ਵੀ ਇਸੀ ਉਮੀਦ ਅਤੇ ਪਰਮਾਤਮਾ ਜੀ ਨੇ ਸਾਨੂੰ ਸੰਤ ਬਾਬਾ ਟਿੱਬੀ ਸਾਹਿਬ ਵਾਲੇ ਸਾਡੇ ਇਹਨਾਂ ਨੇ ਵਿੱਚ ਭੇਜੇ ਆ ਜਿਹੜਾ ਇਹਨਾਂ ਨੇ ਸਾਡੀ ਮਦਦ ਕੀਤੀ ਆ ਚਲੋ ਉਹਨਾਂ 'ਤੇ ਵੀ ਕੋਈ ਉਮੀਦ ਰੱਖਦੇ ਸ਼ਾਇਦ ਕਰੇ ਦਵਾ ਬਾਬਾ ਅਵਤਾਰ ਸਿੰਘ ਜੀ ਹੋਰਾਂ ਨੇ ਤਾਂ ਇਹਨਾਂ ਦੀ ਬਾਂਹ ਫੜ ਲਿਆ ਪਰ ਲੰਬੜਦਾਸ ਸਾਹਿਬ ਨੂੰ ਬਿਲਕੁਲ ਉਮੀਦ ਨਹੀਂ ਹੈ ਸਰਪੰਚ ਸਾਹਿਬ ਨੂੰ ਅਜੇ ਵੀ ਸਰਕਾਰ 'ਤੇ ਉਮੀਦ ਹੈਗੀ ਆ ਇਸ ਕਰਕੇ ਸਰਕਾਰ ਨੂੰ ਬੇਨਤੀ ਵੀ ਕਰ ਦਿੰਦੇ ਹਾਂ ਅਸੀਂ ਕਿ ਬਹੁਤ ਸਾਰੇ ਪਿੰਡ ਹੈਗੇ ਨੇ ਜਿੱਥੇ ਬਰਬਾਦੀ ਹੋਈ ਹੈ ਪਰ ਪੈਸਾ ਕੋਈ ਨਹੀਂ ਆਇਆ ਮੁਆਵਜ਼ਾ ਨਹੀਂ ਮਿਲਿਆ ਇਹ ਉਹੀ ਗੱਲ ਆ ਜਾਂਦੀ ਹੈ ਫਿਰ ਵੀ ਕਾਗਜ਼ਾਂ ਦੇ ਵਿੱਚ ਹੀ ਸਾਰਾ ਕੁਛ ਹੋ ਜਾਂਦਾ ਹੈ ਕਿਉਂਕਿ ਇਹਦਾ ਨਾਮ ਪੰਜਾਬ ਹੈ ਪੰਜਾਬ ਦੇ ਵਿੱਚ ਜੇਕਰ ਕੋਈ ਗੱਲ ਹੁੰਦੀ ਹੈ ਸਰਕਾਰੀ ਤੌਰ 'ਤੇ ਤਾਂ ਉਹ ਸਿਰਫ਼ ਕਾਗਜ਼ਾਂ ਦੇ ਵਿੱਚ ਹੁੰਦੀ ਹੈ ਇਸ ਕਰਕੇ ਪੰਜਾਬ ਬਰਬਾਦ ਵੀ ਹੋ ਗਿਆ ਪੰਜਾਬ ਨੂੰ ਦੁਬਾਰਾ ਖੁਸ਼ਹਾਲੀ 'ਤੇ ਲਿਆਉਣ ਦੇ ਲਈ ਸਾਨੂੰ ਇਮਾਨਦਾਰੀ ਖੂਨ ਦੇ ਵਿੱਚ ਰੱਖਣੀ ਪਊਗੀ ਅਤੇ ਅਜਿਹੀਆਂ ਜਦੋਂ ਆਫਤਾਂ ਆਉਂਦੀਆਂ ਨੇ ਤਾਂ ਉਹਦੇ ਵਿੱਚ ਜੇਕਰ ਸਰਕਾਰਾਂ ਕੁਝ ਐਲਾਨ ਕਰਦੀਆਂ ਨੇ ਤਾਂ ਉਸ ਐਲਾਨ ਨੂੰ ਜਿਹੜਾ ਕੈਮਰਿਆਂ ਦੇ ਉੱਤੇ ਬੋਲਿਆ ਗਿਆ ਹੁੰਦਾ ਹੈ ਤਾਂ ਕਿ ਮੀਡੀਆ ਨੂੰ ਮਜਬੂਰ ਨਾ ਕੀਤਾ ਜਾਵੇ ਵੀ ਅਸੀਂ ਉਹ ਤੁਹਾਡੇ ਬਿਆਨ ਵਾਰ ਵਾਰ ਦਿਖਾਈਏ ਅਸੀਂ ਵੀ ਮਜਬੂਰ ਹੋ ਜਾਈਏ ਵੀ ਉਦੋਂ ਇਹ ਬੋਲਿਆ ਸੀ ਕਿਸਾਨ ਇਹ ਕਹਿ ਰਹੇ ਨੇ ਤੁਸੀਂ ਇਹ ਕਹਿੰਦੇ ਸੀ ਇਹ ਕਹਿ ਰਹੇ ਨੇ ਸੋ ਇਸ ਕਰਕੇ ਸਰਕਾਰ ਨੂੰ ਜ਼ਰੂਰ ਬੇਨਤੀ ਕਰਾਂਗੇ ਕਿ ਹੜ੍ਹ ਪੀੜਤਾਂ ਦੀ ਮਦਦ ਦੇ ਲਈ ਵਿਸ਼ੇਸ਼ ਤੌਰ 'ਤੇ ਜੋ ਐਲਾਨ ਤੁਸੀਂ ਕਰ ਚੁੱਕੇ ਹੋ ਉਸ ਨੂੰ ਅਮਲੀ ਰੂਪ ਜ਼ਰੂਰ ਦਿੱਤਾ ਜਾਵੇ ਸੱਜਣ ਸਿੰਘ ਸੈਣੀ ਦੇ ਨਾਲ ਜਗਦੀਪ ਸਿੰਘ ਥਲੀ ਪੰਜਾਬੀ ਲੋਕ ਚੈਨਲ ਹਾਸਪੁਰ